ਸਭ ਤੋਂ ਪਹਿਲਾਂ ਤਾਂ ਮੈਂ ਪਰਿਵਾਰ ਨਾਲ ਅਤੇ ਨਗਰ ਨਾਲ ਇੱਕ ਹੀਰੇ ਮੁੰਡੇ ਦਾ ਗੁਰਪ੍ਰੀਤ ਸੋਹਰਾਂ ਦੇ ਇਹ ਬੇਵਕਤੀ ਜਿਹੜਾ ਮੌਤ ਹੋਇਆ ਸਿਆਸੀ ਕਤਲ ਕਰਾਇਆ ਗਿਆ ਉਹਦੀ ਜਿੱਥੇ ਸਖਤ ਲਫਜ਼ਾਂ ਨਾਲ ਮੈਂ ਨਿੰਦਾ ਕਰਦਾ ਪਰਿਵਾਰ ਨਾਲ ਅਤੇ ਪਿੰਡ ਨਾਲ ਦੁੱਖ ਸਾਂਝਾ ਕਰਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਇਹ ਅਰਦਾਸ ਕਰਦਾ ਬੇਨਤੀ ਕਰਦਾ ਕਿ ਸਾਡੇ ਵੀਰ ਗੁਰਪ੍ਰੀਤ ਸਿੰਘ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ੋ। ਅਤੇ ਜਿਹੜੇ ਸਿਆਸੀ ਕਤਲ ਤੁਸੀਂ ਕਹਿ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ, ਲਾਅ ਐਂਡ ਆਰਡਰ ਦੀ ਕੀ ਸਥਿਤੀ ਹੈ ਇਸ ਚੀਜ਼ ਤੋਂ? ਦੇਖੋ ਜੀ, ਇਹ ਬਿਲਕੁਲ ਜਿਹੜਾ ਇਹ ਜੋ ਮੈਨੂੰ ਪਿੰਡ 'ਚ ਦੱਸਿਆ ਗਿਆ ਜੀ, ਜੋ ਮੈਨੂੰ ਸਾਡੇ ਸੰਤਾ ਸਿੰਘ ਜੀ ਉਮੈਦਪੁਰੀ ਸਾਹਿਬ ਸਾਡੇ ਹੋਰ ਸਾਰੇ ਸਾਥੀਆਂ ਨੇ ਦੱਸਿਆ, ਇੱਕ SMLA ਸਾਹਿਬ ਨੇ ਦੱਸਿਆ, ਜ਼ਿੰਮੇਵਾਰ ਸੱਜਣਾਂ ਨੇ ਦੱਸਿਆ, ਇਸ ਮੁੰਡੇ ਦੀ ਗਲਤੀ ਸਿਰਫ ਇੰਨੀ ਸੀ ਕਿ ਇਹਨੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਰੱਖਿਆ। ਇਹਨੂੰ ਲੋਕਾਂ ਨੇ ਨਿਵਾਜਿਆ, ਬਲੋਕ ਸੰਮਤੀ ਦੀ ਇਲੈਕਸ਼ਨ 'ਚ ਇਸ ਪਿੰਡ 'ਚ ਲੋਕਾਂ ਨੇ ਨਿਵਾਜਣਾ, ਵੋਟਾਂ ਤਾਂ ਲੋਕਾਂ ਦੀਆਂ ਜੀ, ਸੰਗਤ ਦੀਆਂ ਨੇ, ਸਰਪੰਚੀ ਇਹਨਾਂ ਦੀ ਮਾਤਾ ਬਹੁਤ ਵੱਡੀ ਪੱਧਰ ਵੋਟਾਂ ਨਾਲ ਜਿੱਤੇ, ਅਤੇ ਦੂਜੇ ਪਾਸੇ ਕਾਂਗਰਸ ਦੇ ਲੋਕ। ਔਰ ਮੈਨੂੰ ਦੁੱਖ ਨਾਲ ਇਹ ਗੱਲ ਕਹਿਣਾ ਪੈਂਦਾ ਕਿ ਵੋਟਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ, ਮਗਰ ਕੀ ਉਹ ਉਸ ਮਾਂ ਦਾ ਹੀਰੇ ਵਰਗਾ ਪੁੱਤ ਮੁੜ ਜੂ ਜੀ? ਅਫਸੋਸ ਨਾਲ ਕਹਿਣਾ ਪੈਂਦਾ ਕਿ ਅੱਜ ਇਸ ਤਰ੍ਹਾਂ ਦੇ ਸਿਆਸੀ ਕਤਲ, ਇਹ ਪਹਿਲਾ ਸਿਆਸੀ ਕਤਲ ਨਹੀਂ, ਇਸ ਤੋਂ ਪਹਿਲਾਂ ਵੀ ਕਈ ਸਿਆਸੀ ਕਤਲ ਹੋ ਗਏ ਆ, ਔਰ ਇਹ ਮੈਂ ਕਹਿ ਠੋਕ ਕੇ ਗੱਲ ਕਹਿੰਦਾ ਕਿ ਕਾਂਗਰਸ ਦੀ ਸ਼ਹਿ 'ਤੇ ਹੋ ਰਹੀ। ਮੈਂ ਅੱਜ ਵੀ ਮੰਗ ਕਰਦਾ ਪ੍ਰਸ਼ਾਸਨ ਕੋਲੋਂ ਕਿ ਜੋ ਵੀ ਅਸਲ ਗੁਨਾਹਗਾਰ ਆ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ, ਪਿੰਡ ਵਾਲੇ ਲੋਕਾਂ ਦੀ ਪਰਿਵਾਰ ਦੀ ਤਸੱਲੀ ਹੋਣੀ ਚਾਹੀਦੀ। ਜੇ ਨਹੀਂ ਕੋਈ ਕਮੀ ਪੇਸ਼ੀ ਰਹਿ ਗਈ ਤਾਂ ਅਸੀਂ ਫਿਰ ਪੂਰੀ ਇਹਨਾਂ ਦੀ ਲੜਾਈ ਲੜਾਂਗੇ, ਜ਼ਿਲ੍ਹੇ 'ਚ ਵੀ ਲੜਾਂਗੇ ਅਤੇ ਕੋਟਾ ਕਚਹਿਰੀਆਂ ਤੱਕ ਵੀ ਪਹੁੰਚ ਕਰਾਂਗੇ, ਮਗਰ ਇਨਸਾਫ ਲਈ ਇਹ ਲੜਾਈ ਲੜਾਂਗੇ। ਅਤੇ ਮੇਰੀ ਤਾਂ ਇਹੀ ਬੇਨਤੀ ਹੋਊਗੀ ਕਿ ਇਸ ਤਰੀਕੇ ਨਾਲ ਸਿਆਸੀ ਰੰਜਿਸ਼ਬਾਜ਼ੀ, ਸਿਆਸੀ ਕਤਲ ਬਿਲਕੁਲ ਨਹੀਂ ਹੋਣੇ ਚਾਹੀਦੇ। ਪੰਜਾਬ ਹੱਸਦਾ ਵੱਸਦਾ ਰਹਿਣਾ ਚਾਹੀਦਾ। ਮਾਵਾਂ ਭੈਣਾਂ ਜਿਨ੍ਹਾਂ ਦੇ ਏਡੇ ਜਵਾਨ ਪੁੱਤ ਵੀਰ ਚਲੇ ਗਏ ਆ, ਉਹਨਾਂ ਨੂੰ ਇਹੋ ਜਿਹਾ ਦੁੱਖ ਕਦੇ ਨਹੀਂ ਵੇਖਣਾ ਚਾਹੀਦਾ। ਮੇਰੀ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਵੀ ਅਪੀਲ ਹੋਊਗੀ ਕਿ ਇਹਦੇ ਪਿੱਛੇ, ਕਿਉਂਕਿ ਪਿੰਡ ਵਾਲਿਆਂ ਦੀ ਮੰਗ ਹੈ ਕਿ ਜੇ ਸਿਆਸੀ ਲੀਡਰ ਦਾ ਵੀ ਹੱਥ ਹੈ, ਇਹ ਕਾਰਵਾਈ ਹੋਵੇ, ਔਰ ਕਾਰਵਾਈ ਕਰਕੇ ਇਹੋ ਜਿਹਾ ਇਗਜ਼ਾਮਪਲ ਸੈੱਟ ਕਰੋ ਕਿ ਗਾਂਹ ਕੋਈ ਇਸ ਤਰ੍ਹਾਂ ਸਿਆਸੀ ਕਤਲ ਨਾ ਕਰੋ। ਰਵਿੰਦਰ ਸਿੰਘ ਜੀ, ਪੂਰਾ ਤੁਹਾਡਾ ਕੀ ਲੱਗਦਾ? ਮੇਰਾ ਬ੍ਰਦਰ ਸੀ। ਕੀ ਹੋਇਆ ਸੀਗਾ? ਜਿਹੜਾ ਆ ਰਹੇ ਸੀ ਖੇਤਾਂ ਵਿੱਚੋਂ ਆ ਰਹੇ ਸੀ, ਇੱਥੋਂ ਪਹਿਲਾਂ ਹੀ ਖੜ੍ਹੇ ਸੀ ਉਹ ਤਿਆਰ, ਉਹਨਾਂ ਨੇ ਧੋਖੇ ਨਾਲ ਪਿੱਛੋਂ ਗੰਡਾਸਾ ਮਾਰਿਆ। ਅਤੇ ਕੋਈ ਦੁਸ਼ਮਣੀ ਜਾਂ ਕੋਈ ਕਿਸੇ ਚੀਜ਼? ਦੁਸ਼ਮਣੀ ਤਾਂ ਜੀ ਸਰਪੰਚ ਹੀ ਕਰਕੇ ਤੀ, ਅਸੀਂ ਅਕਾਲੀ ਦਲ 'ਚ ਤੀ, ਉਹ ਕਾਂਗਰਸ ਹੀ ਤੀ, ਉਹ ਹਾਰ ਗਏ ਸੀ ਪਹਿਲਾਂ। ਇੱਕ ਇੱਥੇ MLA ਦਾ ਵਿੱਚੋਂ ਰਿਸ਼ਤੇਦਾਰੀ 'ਚੋਂ ਕਾਂਗਰਸੀ ਦਾ ਉਹ ਲੱਗਦਾ ਭਾਣਜਾ, ਉਹ ਖੜ੍ਹਾ ਸੀ, ਉਹ ਅਸੀਂ ਹਰਾਤਾ ਸੀ। ਜਦ ਇਹਨਾਂ ਦੀ ਧੱਕੇਸ਼ਾਹੀ ਇਹ ਚੱਲਣ ਨਹੀਂ ਦਿੱਤੀ, ਅੱਜ ਇਹਨਾਂ ਨੇ ਧੋਖੇ ਨਾਲ ਸਾਡਾ ਪਿੱਛੋਂ ਭਾਈ ਮਾਰਤਾ, ਪਰ ਅਸੀਂ ਡਰਦੇ ਨਹੀਂ, ਅਸੀਂ ਫਿਰ ਵੀ ਅਕਾਲੀ ਦਲ ਨਾਲ ਉੱਕਣੇ ਖੜ੍ਹਾਂਗੇ ਅੱਗੇ ਵਾਸਤੇ, ਆਪਣਾ ਜ਼ੋਰ ਫਿਰ ਇੱਕ ਨਹੀਂ ਲਾਵਾਂਗੇ। ਇੰਨੀ ਜ਼ਿਆਦਾ ਦੁਸ਼ਮਣੀ ਤੁਹਾਨੂੰ ਲੱਗਦਾ ਵੀ ਸਿਆਸਤ ਦੇ ਵਿੱਚ ਇਹ ਹੋਣੀ ਚਾਹੀਦੀ? ਨਹੀਂ ਜੀ, ਜਾਂ ਸਾਡੇ ਮਨ 'ਚ ਹੀ ਨਹੀਂ ਸੀ ਕੁਛ, ਇਹ ਤਾਂ ਰੱਖਣੀ ਨਹੀਂ ਚਾਹੀਦੀ ਜੀ। ਜਿਹੜੇ ਸਰਪੰਚ ਚੁਣੇ ਜਾਂਦੇ ਆ ਪਿੰਡ ਦੇ ਵਿਕਾਸ ਲਈ ਚੁਣੇ ਜਾਂਦੇ ਆ, ਅਤੇ ਜੇ ਦਿਲਾਂ ਦੇ ਵਿੱਚ ਇੰਨੀ ਖਟਾਸ ਰੱਖਣੀ ਹੈ ਕਿ ਤੁਹਾਨੂੰ ਲੱਗਦਾ ਕਿ ਫਿਰ ਇਹੋ ਜਿਹੇ ਚੁਣਾਵ ਹੋਣੇ ਚਾਹੀਦੇ ਨੇ? ਇਹ ਤਾਂ ਇੱਕ ਨਹੀਂ ਬਣਾ ਲਿਆ ਕਰਨ ਜੀ, ਫਿਰ ਤਾਂ ਜਿਹਦੀ ਸਰਕਾਰ ਆ ਜੀ ਧੱਕੇ ਨਾਲ ਬਣਾ ਲਿਆ ਕਰਨ, ਫਿਰ ਚੋਣਾਂ ਕਾਹਤੇ ਕਰਾਉਂਦੇ ਨੇ ਜੀ? ਕਿਤੇ ਨਾ ਕਿਤੇ ਸਿਆਸੀ ਉਸਦੇ ਸਿਆਸਤ ਦੀ ਭੇਟ ਚੜਿਆ, ਪੂਰਾ ਹੱਥ ਆ ਜੀ, ਪੂਰੀ ਉਹਨੂੰ ਸ਼ਾਇਦ ਹੀ ਚਾਹੇ ਕਰਕੇ ਇਹ ਕੰਮ ਹੋਇਆ। ਦੇਖੋ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ? ਮੰਗ ਕਰਦੇ ਹਾਂ ਜੀ, ਇਹਨਾਂ 'ਚੋਂ ਕੋਈ ਨਿਕਲਣਾ ਨਹੀਂ ਚਾਹੀਦਾ, ਸਜ਼ਾ ਮਿਲਣੀ, ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਸਭ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਅਤੇ ਹਜੇ ਤੱਕ ਕਿਸੇ ਨੂੰ ਪਕੜਿਆ ਪੁਲਿਸ ਨੇ? ਪਕੜਿਆ ਜੀ, 4-5 ਜਣੇ ਫੜੇ ਆ, ਅਤੇ ਬਾਕੀ ਹਲੇ ਬਾਹਰ ਨੇ। ਉਹਨਾਂ ਨੂੰ ਇਹ ਕਢਾਉਣ ਦੀ ਕੋਸ਼ਿਸ਼ ਕਰਦੇ ਨੇ, ਆਪਣੇ ਭਾਣਜੇ ਨੂੰ ਕਢਾਉਣ ਦੀ ਕੋਸ਼ਿਸ਼ ਕਰਦੇ ਨੇ MLA ਸਾਹਿਬ। ਐਸੇ ਪਿੰਡ ਦੇ ਰਹਿਣ ਵਾਲੇ? ਇੱਥੇ ਹੀ ਰਹਿਣ ਵਾਲੇ ਨੇ ਜੀ, ਇੱਥੇ ਦੀ ਨੇ, ਇਹ ਦੂਰ ਤੋਂ ਲੱਗਦੇ ਨੇ, ਇਹਦਾ ਕੋਈ ਭਾਣਜਾ ਭੂਣਜਾ ਲੱਗਦਾ ਵਿੱਚੋਂ? ਹਾਂ, ਫਿਰ ਅਸੀਂ ਧਰਨਾ ਵੀ ਲਾਏਂਗੇ, ਸਭ ਕੁਛ ਕਰਾਂਗੇ।
ਫਿਰ ਕਹਿੰਦੇ ਫਿਰ ਇਹ ਕਹਿੰਦੇ ਨੇ ਵੀ ਗਲਤ ਰਾਹ ਤੇ ਤੁਰਦੇ ਨੇ ਨੌਜਵਾਨ, ਫਿਰ ਸਾਨੂੰ ਤੁਰਨਾ ਪਊਗਾ ਜੀ। ਮੈਨੂੰ ਮੇਰੇ ਪੁੱਤ ਦਾ ਬਦਲਾ ਇਨਸਾਫ ਚਾਹੀਦਾ, ਉਹਨਾਂ ਨੂੰ ਫਾਂਸੀ ਦੇ ਦਿਓ ਮੇਰੇ ਸਾਹਮਣੇ, ਮੈਨੂੰ ਇਨਸਾਫ ਚਾਹੀਦਾ। ਬਸ ਮੇਰਾ ਪੁੱਤ ਧੋਖੇ ਨਾ ਮਾਰੇ, ਮੇਰਾ ਪੁੱਤ ਐਡਾ ਹੋ, ਕਿਸੇ ਦਾ ਕੋਈ ਮਾੜਾ ਨਾ ਕੋਈ ਚੰਗਾ ਨਾ, ਮੇਰਾ ਪੁੱਤ ਤਾਂ ਦੁਨੀਆ ਦਾ ਭਲਾ ਕਰ ਮੁੱਕ ਗਿਆ, ਮੇਰਾ ਪੁੱਤ ਵਰਗਾ ਨਹੀਂ ਬਣਨਾ। ਜਿੰਨਾ ਚਿਰ ਮੇਰੇ ਪੁੱਤ ਦਾ ਬਦਲਾ ਨਹੀਂ ਲੈ ਹੁੰਦਾ ਮੈਂ ਜਿਉਂਦੀ ਨਹੀਂ, ਮੈਨੂੰ ਇਨਸਾਫ ਚਾਹੀਦਾ, ਬਸ ਮੈਨੂੰ ਇਨਸਾਫ ਚਾਹੀਦਾ। ਮੇਰਾ ਪੁੱਤ ਤਾਂ ਗੰਗਾ ਦਾ ਪਾਣੀ ਦਾ